ਰੋਪੜ ਨਗਰ ਕੌਂਸਲ ਦੀ ਅੱਜ ਕਾਫੀ ਸਮੇਂ ਬਾਅਦ ਮੀਟਿੰਗ ਹੋਈ ਹੈ। ਇਸ ਮੀਟਿੰਗ ਵਿੱਚ ਨਗਰ ਕੌਂਸਲ ਦੇ ਜ਼ਿਆਦਾਤਰ ਚੁਣੇ ਹੋਏ ਕੌਂਸਲਰ ਮੌਜੂਦ ਰਹੇ। ਇਸ ਮੀਟਿੰਗ ਵਿੱਚ 21 ਵਾਰਡਾਂ ਦੇ ਵਿੱਚ ਵਿਕਾਸ ਕਾਰਜਾਂ ਦੇ ਲਈ ਹਰ ਵਾਰਡ ਨੂੰ 5-5 ਲੱਖ ਰੁਪਏ ਦੇਣ ਦਾ ਮਤਾ ਵੀ ਪਾਸ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਕੌਂਸਲਰਾਂ ਦੇ ਵੱਲੋਂ ਉਹਨਾਂ ਦੇ ਵਾਰਡਾਂ ਵਿੱਚ ਕੰਮ ਨਾ ਹੋਣ ਦੀ ਗੱਲ ਨੂੰ ਲੈ ਕੇ ਤਿੱਖੀ ਨੋਕ-ਝੋਕ ਹੁੰਦੀ ਵੀ ਨਜ਼ਰ ਆਈ, ਜਿੱਥੇ ਕਈ ਕੌਂਸਲਰਾਂ ਵੱਲੋਂ ਕਿਹਾ ਗਿਆ ਕਿ ਸਾਡੇ ਵਾਰਡ ਦੇ ਵਿੱਚ ਕੰਮ ਨਹੀਂ ਹੋ ਰਹੇ ਅਤੇ ਇਸ ਨੂੰ ਲੈ ਕੇ ਉਹਨਾਂ ਵੱਲੋਂ ਪ੍ਰਧਾਨ ਨਗਰ ਕੌਂਸਲ ਸੰਜੇ ਵਰਮਾ ਦੇ ਨਾਲ ਬਹਿਸੋ ਬਹਿਸੀ ਵੀ ਉਹ ਹੋਏ। ਅੰਤ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਵਰਮਾ ਵੱਲੋਂ ਇਹ ਕਿਹਾ ਗਿਆ ਕਿ ਵੱਖ-ਵੱਖ ਵਾਰਡਾਂ ਦੇ ਵਿਕਾਸ ਕਾਰਜਾਂ ਦੇ ਲਈ 21 ਵਾਰਡਾਂ ਦੇ ਪ੍ਰਤੀ ਵਾਰਡ 5 ਲੱਖ ਰੁਪਏ ਦੇ ਹਿਸਾਬ ਦੇ ਨਾਲ ਦੇਣਾ ਸੁਨਿਸ਼ਚਿਤ ਕੀਤਾ ਜਾਵੇਗਾ ਤਾਂ ਜੋ ਬਚੇ ਹੋਏ ਕੰਮਾਂ ਨੂੰ ਕੀਤਾ ਜਾ ਸਕੇ। ਮੀਟਿੰਗ ਦੇ ਵਿੱਚ ਜੀ 1 ਨੰਬਰ ਵਾਰਡ ਤੋਂ ਲੈ ਕੇ 21 ਨੰਬਰ ਵਾਰਡ ਤੱਕ ਹਰ ਇੱਕ ਵਾਰਡ ਦੇ 5-5 ਲੱਖ ਦੇ ਤਾਂ ਕੰਮ ਪਾਸ ਕੀਤੇ ਗਏ ਆ ਅਤੇ ਬਾਕੀ ਹੈ ਵੀ ਫਾਇਰਾਂ ਦਾ ਸਰਕਾਰ ਵੱਲੋਂ 10 ਬੰਦੇ ਆਏ ਸੀਗੇ ਵੀ ਭਰਤੀ ਕਰਨੇ ਹੈਗੇ ਆ, ਜਦਕਿ ਉਹਦੀ ਹਾਊਸ ਦੀ ਪ੍ਰਵਾਨਗੀ ਜ਼ਰੂਰੀ ਹੁੰਦੀ ਹੈ, ਉਹ ਅਸੀਂ ਮਤਾ ਜਿਹੜਾ ਕੈਂਸਲ ਕਰ ਦਿੱਤਾ ਗਿਆ ਸਾਰਿਆਂ ਦੀ ਸਹਿਮਤੀ ਦੇ ਨਾਲ। ਅਤੇ ਹੋਰ ਵੀ ਜਿਹੜੇ ਸ਼ਹਿਰ ਦੇ ਵਿਕਾਸ ਦੇ ਡਿਵੈਲਪਮੈਂਟ ਦੇ ਬਾਕੀ ਬਜਟ ਦਾ ਵੀ ਸੀਗਾ, ਅੱਜ ਬਜਟ ਬਾਰੇ ਵੀ ਪਾਸ ਕੀਤਾ ਗਿਆ ਸਾਰਿਆਂ ਦੀ ਸਹਿਮਤੀ ਦੇ ਨਾਲ ਹੀ। ਕਿੰਨਾ ਪਾਸ ਬਜਟ? 10 ਕਰੋੜ ਦਾ ਸੀਗਾ ਅਤੇ 15 ਕਰੋੜ ਦਾ ਸੀਗੀ ਮੇਨ ਅਤੇ 10 ਕਰੋੜ ਦੇ ਕੰਮ ਕੁੰਮ ਹੋਏ ਪਏ ਸੀ ਅਤੇ ਬਾਕੀ ਵੀ ਹੋਰ ਵੀ ਜਿਹੜੇ ਕੋਈ ਖਰਚੇ ਖੁਰਚੇ ਡਿਵੈਲਪਮੈਂਟ ਦੇ ਆ ਜਾਂ ਕੋਈ ਹੋਰ ਆ ਸਾਰਿਆਂ ਦੀ ਸਹਿਮਤੀ ਦੇ ਨਾਲ ਅੱਜ ਪਾਸ ਕਰ ਦਿੱਤੇ ਗਏ ਆ। ਰੋਪੜ ਨਗਰ ਕੌਂਸਲ ਦੀ ਅੱਜ ਕਾਫੀ ਸਮੇਂ ਬਾਅਦ ਮੀਟਿੰਗ ਹੋਈ ਹੈ। ਇਸ ਮੀਟਿੰਗ ਵਿੱਚ ਨਗਰ ਕੌਂਸਲ ਦੇ ਜ਼ਿਆਦਾਤਰ ਚੁਣੇ ਹੋਏ ਕੌਂਸਲਰ ਮੌਜੂਦ ਰਹੇ। ਇਸ ਮੀਟਿੰਗ ਵਿੱਚ 21 ਵਾਰਡਾਂ ਦੇ ਵਿੱਚ ਵਿਕਾਸ ਕਾਰਜਾਂ ਦੇ ਲਈ ਹਰ ਵਾਰਡ ਨੂੰ 5-5 ਲੱਖ ਰੁਪਏ ਦੇਣ ਦਾ ਮਤਾ ਵੀ ਪਾਸ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਕੌਂਸਲਰਾਂ ਦੇ ਵੱਲੋਂ ਉਹਨਾਂ ਦੇ ਵਾਰਡਾਂ ਵਿੱਚ ਕੰਮ ਨਾ ਹੋਣ ਦੀ ਗੱਲ ਨੂੰ ਲੈ ਕੇ ਤਿੱਖੀ ਨੋਕ-ਝੋਕ ਹੁੰਦੀ ਵੀ ਨਜ਼ਰ ਆਈ, ਜਿੱਥੇ ਕਈ ਕੌਂਸਲਰਾਂ ਵੱਲੋਂ ਕਿਹਾ ਗਿਆ ਕਿ ਸਾਡੇ ਵਾਰਡ ਦੇ ਵਿੱਚ ਕੰਮ ਨਹੀਂ ਹੋ ਰਹੇ ਅਤੇ ਇਸ ਨੂੰ ਲੈ ਕੇ ਉਹਨਾਂ ਵੱਲੋਂ ਪ੍ਰਧਾਨ ਨਗਰ ਕੌਂਸਲ ਸੰਜੇ ਵਰਮਾ ਦੇ ਨਾਲ ਬਹਿਸੋ ਬਹਿਸੀ ਵੀ ਉਹ ਹੋਏ। ਅੰਤ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਵਰਮਾ ਵੱਲੋਂ ਇਹ ਕਿਹਾ ਗਿਆ ਕਿ ਵੱਖ-ਵੱਖ ਵਾਰਡਾਂ ਦੇ ਵਿਕਾਸ ਕਾਰਜਾਂ ਦੇ ਲਈ 21 ਵਾਰਡਾਂ ਦੇ ਪ੍ਰਤੀ ਵਾਰਡ 5 ਲੱਖ ਰੁਪਏ ਦੇ ਹਿਸਾਬ ਦੇ ਨਾਲ ਦੇਣਾ ਸੁਨਿਸ਼ਚਿਤ ਕੀਤਾ ਜਾਵੇਗਾ ਤਾਂ ਜੋ ਬਚੇ ਹੋਏ ਕੰਮਾਂ ਨੂੰ ਕੀਤਾ ਜਾ ਸਕੇ। ਮੀਟਿੰਗ ਦੇ ਵਿੱਚ ਜੀ 1 ਨੰਬਰ ਵਾਰਡ ਤੋਂ ਲੈ ਕੇ 21 ਨੰਬਰ ਵਾਰਡ ਤੱਕ ਹਰ ਇੱਕ ਵਾਰਡ ਦੇ 5-5 ਲੱਖ ਦੇ ਤਾਂ ਕੰਮ ਪਾਸ ਕੀਤੇ ਗਏ ਆ ਅਤੇ ਬਾਕੀ ਹੈ ਵੀ ਫਾਇਰਾਂ ਦਾ ਸਰਕਾਰ ਵੱਲੋਂ 10 ਬੰਦੇ ਆਏ ਸੀਗੇ ਵੀ ਭਰਤੀ ਕਰਨੇ ਹੈਗੇ ਆ, ਜਦਕਿ ਉਹਦੀ ਹਾਊਸ ਦੀ ਪ੍ਰਵਾਨਗੀ ਜ਼ਰੂਰੀ ਹੁੰਦੀ ਹੈ, ਉਹ ਅਸੀਂ ਮਤਾ ਜਿਹੜਾ ਕੈਂਸਲ ਕਰ ਦਿੱਤਾ ਗਿਆ ਸਾਰਿਆਂ ਦੀ ਸਹਿਮਤੀ ਦੇ ਨਾਲ। ਅਤੇ ਹੋਰ ਵੀ ਜਿਹੜੇ ਸ਼ਹਿਰ ਦੇ ਵਿਕਾਸ ਦੇ ਡਿਵੈਲਪਮੈਂਟ ਦੇ ਬਾਕੀ ਬਜਟ ਦਾ ਵੀ ਸੀਗਾ, ਅੱਜ ਬਜਟ ਬਾਰੇ ਵੀ ਪਾਸ ਕੀਤਾ ਗਿਆ ਸਾਰਿਆਂ ਦੀ ਸਹਿਮਤੀ ਦੇ ਨਾਲ ਹੀ। ਕਿੰਨਾ ਪਾਸ ਬਜਟ? 10 ਕਰੋੜ ਦਾ ਸੀਗਾ ਅਤੇ 15 ਕਰੋੜ ਦਾ ਸੀਗੀ ਮੇਨ ਅਤੇ 10 ਕਰੋੜ ਦੇ ਕੰਮ ਕੁੰਮ ਹੋਏ ਪਏ ਸੀ ਅਤੇ ਬਾਕੀ ਵੀ ਹੋਰ ਵੀ ਜਿਹੜੇ ਕੋਈ ਖਰਚੇ ਖੁਰਚੇ ਡਿਵੈਲਪਮੈਂਟ ਦੇ ਆ ਜਾਂ ਕੋਈ ਹੋਰ ਹੈ ਸਾਰਿਆਂ ਦੀ ਸਹਿਮਤੀ ਦੇ ਨਾਲ ਅੱਜ ਪਾਸ ਕਰ ਦਿੱਤੇ ਗਏ। ਰੋਪੜ ਨਗਰ ਕੌਂਸਲ ਦੀ ਅੱਜ ਕਾਫੀ ਸਮੇਂ ਬਾਅਦ ਮੀਟਿੰਗ ਹੋਈ ਹੈ। ਇਸ ਮੀਟਿੰਗ ਵਿੱਚ ਨਗਰ ਕੌਂਸਲ ਦੇ ਜ਼ਿਆਦਾਤਰ ਚੁਣੇ ਹੋਏ ਕੌਂਸਲਰ ਮੌਜੂਦ ਰਹੇ। ਇਸ ਮੀਟਿੰਗ ਵਿੱਚ 21 ਵਾਰਡਾਂ ਦੇ ਵਿੱਚ ਵਿਕਾਸ ਕਾਰਜਾਂ ਦੇ ਲਈ ਹਰ ਵਾਰਡ ਨੂੰ 5-5 ਲੱਖ ਰੁਪਏ ਦੇਣ ਦਾ ਮਤਾ ਵੀ ਪਾਸ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਕੌਂਸਲਰਾਂ ਦੇ ਵੱਲੋਂ ਉਹਨਾਂ ਦੇ ਵਾਰਡਾਂ ਵਿੱਚ ਕੰਮ ਨਾ ਹੋਣ ਦੀ ਗੱਲ ਨੂੰ ਲੈ ਕੇ ਤਿੱਖੀ ਨੋਕ-ਝੋਕ ਹੁੰਦੀ ਵੀ ਨਜ਼ਰ ਆਈ, ਜਿੱਥੇ ਕਈ ਕੌਂਸਲਰਾਂ ਵੱਲੋਂ ਕਿਹਾ ਗਿਆ ਕਿ ਸਾਡੇ ਵਾਰਡ ਦੇ ਵਿੱਚ ਕੰਮ ਨਹੀਂ ਹੋ ਰਹੇ ਅਤੇ ਇਸ ਨੂੰ ਲੈ ਕੇ ਉਹਨਾਂ ਵੱਲੋਂ ਪ੍ਰਧਾਨ ਨਗਰ ਕੌਂਸਲ ਸੰਜੇ ਵਰਮਾ ਦੇ ਨਾਲ ਬਹਿਸੋ ਬਹਿਸੀ ਵੀ ਉਹ ਹੋਏ। ਅੰਤ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਵਰਮਾ ਵੱਲੋਂ ਇਹ ਕਿਹਾ ਗਿਆ ਕਿ ਵੱਖ-ਵੱਖ ਵਾਰਡਾਂ ਦੇ ਵਿਕਾਸ ਕਾਰਜਾਂ ਦੇ ਲਈ 21 ਵਾਰਡਾਂ ਦੇ ਪ੍ਰਤੀ ਵਾਰਡ 5 ਲੱਖ ਰੁਪਏ ਦੇ ਹਿਸਾਬ ਦੇ ਨਾਲ ਦੇਣਾ ਸੁਨਿਸ਼ਚਿਤ ਕੀਤਾ ਜਾਵੇਗਾ ਤਾਂ ਜੋ ਬਚੇ ਹੋਏ ਕੰਮਾਂ ਨੂੰ ਕੀਤਾ ਜਾ ਸਕੇ। ਮੀਟਿੰਗ ਦੇ ਵਿੱਚ ਜੀ 1 ਨੰਬਰ ਵਾਰਡ ਤੋਂ ਲੈ ਕੇ 21 ਨੰਬਰ ਵਾਰਡ ਤੱਕ ਹਰ ਇੱਕ ਵਾਰਡ ਦੇ
5-5 ਲੱਖ ਦੇ ਇੱਕ ਤਾਂ ਕੰਮ ਪਾਸ ਕੀਤੇ ਗਏ ਆ, ਅਤੇ ਬਾਕੀ ਹੈ ਵੀ ਫਾਇਰਾਂ ਦਾ ਸਰਕਾਰ ਵੱਲੋਂ ਇੱਕ 10 ਬੰਦੇ ਆਏ ਸੀਗੇ ਵੀ ਭਰਤੀ ਕਰਨੇ ਹੈਗੇ ਆ, ਜਦਕਿ ਉਹਦੀ ਹਾਊਸ ਦੀ ਪ੍ਰਵਾਨਗੀ ਜ਼ਰੂਰੀ ਹੁੰਦੀ ਹੈ, ਉਹ ਅਸੀਂ ਮਤਾ ਜਿਹੜਾ ਕੈਂਸਲ ਕਰ ਦਿੱਤਾ ਗਿਆ ਸਾਰਿਆਂ ਦੀ ਸਹਿਮਤੀ ਦੇ ਨਾਲ। ਅਤੇ ਹੋਰ ਵੀ ਜਿਹੜੇ ਸ਼ਹਿਰ ਦੇ ਵਿਕਾਸ ਦੇ ਡਿਵੈਲਪਮੈਂਟ ਦੇ, ਬਾਕੀ ਬਜਟ ਦਾ ਵੀ ਸੀਗਾ ਅੱਜ, ਬਜਟ ਬਾਰੇ ਵੀ ਪਾਸ ਕੀਤਾ ਗਿਆ ਸਾਰਿਆਂ ਦੀ ਸਹਿਮਤੀ ਦੇ ਨਾਲ ਹੀ। ਕਿੰਨਾ ਪਾਸ ਬਜਟ? 10 ਕਰੋੜ ਦਾ ਸੀਗਾ ਅਤੇ 15 ਕਰੋੜ ਦਾ ਸੀਗੀ ਮੇਨ, ਅਤੇ 10 ਕਰੋੜ ਦੇ ਕੰਮ ਕੁੰਮ ਹੋਏ ਗਏ ਸੀ, ਅਤੇ ਬਾਕੀ ਵੀ ਹੋਰ ਵੀ ਜਿਹੜੇ ਕੋਈ ਖਰਚੇ ਖੁਰਚੇ ਡਿਵੈਲਪਮੈਂਟ ਦੇ ਆ ਜਾਂ ਕੋਈ ਹੋਰ ਹੈ, ਸਾਰਿਆਂ ਦੀ ਸਹਿਮਤੀ ਦੇ ਨਾਲ ਅੱਜ ਪਾਸ ਕਰ ਦਿੱਤੇ ਗਏ ਆ। ਰੋਪੜ ਨਗਰ ਕੌਂਸਲ ਦੀ ਅੱਜ ਕਾਫੀ ਸਮੇਂ ਬਾਅਦ ਮੀਟਿੰਗ ਹੋਈ ਹੈ। ਇਸ ਮੀਟਿੰਗ ਵਿੱਚ ਨਗਰ ਕੌਂਸਲ ਦੇ ਜ਼ਿਆਦਾਤਰ ਚੁਣੇ ਹੋਏ ਕੌਂਸਲਰ ਮੌਜੂਦ ਰਹੇ। ਇਸ ਮੀਟਿੰਗ ਵਿੱਚ 21 ਵਾਰਡਾਂ ਦੇ ਵਿੱਚ ਵਿਕਾਸ ਕਾਰਜਾਂ ਦੇ ਲਈ ਹਰ ਵਾਰਡ ਨੂੰ 5-5 ਲੱਖ ਰੁਪਏ ਦੇਣ ਦਾ ਮਤਾ ਵੀ ਪਾਸ ਕੀਤਾ ਗਿਆ। ਇਸ ਮੌਕੇ ਵੱਖ ਵੱਖ ਕੌਂਸਲਰਾਂ ਦੇ ਵੱਲੋਂ ਉਹਨਾਂ ਦੇ ਵਾਰਡਾਂ ਵਿੱਚ ਕੰਮ ਨਾ ਹੋਣ ਦੀ ਗੱਲ ਨੂੰ ਲੈ ਕੇ ਤਿੱਖੀ ਨੋਕ-ਝੋਕ ਹੁੰਦੀ ਵੀ ਨਜ਼ਰ ਆਈ, ਜਿੱਥੇ ਕਈ ਕੌਂਸਲਰਾਂ ਵੱਲੋਂ ਕਿਹਾ ਗਿਆ ਕਿ ਸਾਡੇ ਵਾਰਡ ਦੇ ਵਿੱਚ ਕੰਮ ਨਹੀਂ ਹੋ ਰਹੇ, ਅਤੇ ਇਸ ਨੂੰ ਲੈ ਕੇ ਉਹਨਾਂ ਵੱਲੋਂ ਪ੍ਰਧਾਨ ਨਗਰ ਕੌਂਸਲ ਸੰਜੇ ਵਰਮਾ ਦੇ ਨਾਲ ਬਹਿਸੋ ਬਹਿਸੀ ਵੀ ਉਹ ਹੋਏ। ਅੰਤ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਵਰਮਾ ਵੱਲੋਂ ਇਹ ਕਿਹਾ ਗਿਆ ਕਿ ਵੱਖ ਵੱਖ ਵਾਰਡਾਂ ਦੇ ਵਿਕਾਸ ਕਾਰਜਾਂ ਦੇ ਲਈ 21 ਵਾਰਡਾਂ ਦੇ ਪ੍ਰਤੀ ਵਾਰਡ 5 ਲੱਖ ਰੁਪਏ ਦੇ ਹਿਸਾਬ ਦੇ ਨਾਲ ਦੇਣਾ ਸੁਨਿਸ਼ਚਿਤ ਕੀਤਾ ਜਾਵੇਗਾ, ਤਾਂ ਜੋ ਬਚੇ ਹੋਏ ਕੰਮਾਂ ਨੂੰ ਕੀਤਾ ਜਾ ਸਕੇ। ਮੀਟਿੰਗ ਦੇ ਵਿੱਚ ਵੀ 1 ਨੰਬਰ ਵਾਰਡ ਤੋਂ ਲੈ ਕੇ 21 ਨੰਬਰ ਵਾਰਡ ਤੱਕ ਹਰ ਇੱਕ ਵਾਰਡ ਦੇ 5-5 ਲੱਖ ਦੇ ਇੱਕ ਤਾਂ ਕੰਮ ਪਾਸ ਕੀਤੇ ਗਏ ਆ, ਅਤੇ ਬਾਕੀ ਹੈ ਵੀ ਫਾਇਰਾਂ ਦਾ ਸਰਕਾਰ ਵੱਲੋਂ ਇੱਕ 10 ਬੰਦੇ ਆਏ ਸੀਗੇ ਵੀ ਭਰਤੀ ਕਰਨੇ ਹੈਗੇ ਆ, ਜਦਕਿ ਉਹਦੀ ਹਾਊਸ ਦੀ ਪ੍ਰਵਾਨਗੀ ਜ਼ਰੂਰੀ ਹੁੰਦੀ ਹੈ, ਉਹ ਅਸੀਂ ਮਤਾ ਜਿਹੜਾ ਕੈਂਸਲ ਕਰ ਦਿੱਤਾ ਗਿਆ ਸਾਰਿਆਂ ਦੀ ਸਹਿਮਤੀ ਦੇ ਨਾਲ। ਅਤੇ ਹੋਰ ਵੀ ਜਿਹੜੇ ਸ਼ਹਿਰ ਦੇ ਵਿਕਾਸ ਦੇ ਡਿਵੈਲਪਮੈਂਟ ਦੇ, ਬਾਕੀ ਬਜਟ ਦਾ ਵੀ ਸੀਗਾ ਅੱਜ, ਬਜਟ ਬਾਰੇ ਵੀ ਪਾਸ ਕੀਤਾ ਗਿਆ ਸਾਰਿਆਂ ਦੀ ਸਹਿਮਤੀ ਦੇ ਨਾਲ ਹੀ। ਕਿੰਨਾ ਪਾਸ ਬਜਟ? 10 ਕਰੋੜ ਦਾ ਸੀਗਾ ਅਤੇ 15 ਕਰੋੜ ਦਾ ਸੀਗੀ ਮੇਨ, ਅਤੇ 10 ਕਰੋੜ ਦੇ ਕੰਮ ਕੁੰਮ ਹੋਏ ਗਏ ਸੀ, ਅਤੇ ਬਾਕੀ ਵੀ ਹੋਰ ਵੀ ਜਿਹੜੇ ਕੋਈ ਖਰਚੇ ਖੁਰਚੇ ਡਿਵੈਲਪਮੈਂਟ ਦੇ ਆ ਜਾਂ ਕੋਈ ਹੋਰ ਹੈ, ਸਾਰਿਆਂ ਦੀ ਸਹਿਮਤੀ ਦੇ ਨਾਲ ਅੱਜ ਪਾਸ ਕਰ ਦਿੱਤੇ ਗਏ ਆ।